ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਬਣੀਏ ਗੁਰਸਿੱਖ ਪਿਆਰਾ ਦੇ ਇਸ ਐਪੀਸੋਡ ਦੇ ਵਿਚਕਾਰ ਅਸੀਂ ਆਪਣੇ ਪਿਆਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਨਿਰੰਤਰ ਗੁਰਬਾਣੀ ਔਰ ਗੁਰਬਾਣੀ ਆਧਾਰਿਤ ਇਤਿਹਾਸ ਦੇ ਉੱਤੇ ਗਿਆਨ ਨੂੰ ਵੰਡਣ ਦਾ ਉਪਰਾਲਾ ਕਰ ਰਿਹਾ ਹੈ। ਲੇਕਿਨ ਇਸ ਦੇ ਨਾਲ ਨਾਲ ਅਸੀਂ ਹੁਣੇ ਹੁਣੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 550ਵੀਂ ਸ਼ਤਾਬਦੀ ਮਨਾ ਕੇ ਹਟੇ ਹਾਂ ਔਰ ਸਾਡੇ ਘਰਾਂ ਵਿਚਕਾਰ ਅੱਜ ਗੁਰਮੁਖੀ ਪੰਜਾਬੀ ਭਾਸ਼ਾ ਗੁਆਚ ਗਈ ਹੈ। ਯਾਦ ਰੱਖੀਏ, ਜੇ ਪੰਜਾਬੀ ਬੋਲੀ ਪੰਜਾਬੀ ਭਾਸ਼ਾ ਕਿਤੇ ਗੁਆਚ ਗਈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨ ਵਾਲੇ ਲੋਕ ਨਹੀਂ ਮਿਲਣਗੇ। ਅਗਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨੇੜੇ ਆਉਣਾ ਤਾਂ ਪੰਜਾਬੀ ਭਾਸ਼ਾ ਜਾਣਨੀ ਬਹੁਤ ਜ਼ਰੂਰੀ ਹੈ। ਅਸੀਂ ਪੰਜਾਬੀ ਮਾਂ ਬੋਲੀ ਛੱਡ ਗਏ, ਅਸੀਂ ਭਾਸ਼ਾ ਛੱਡ ਗਏ। ਅੱਜ ਪੰਜਾਬੀਆਂ ਲਈ ਇੱਕ ਵੰਗਾਰ ਹੈ, ਲੋੜ ਹੈ ਕਿ ਅਸੀਂ ਆਪਣੇ ਘਰਾਂ ਦੇ ਵਿਚਕਾਰ ਆਪਣੇ ਬੱਚਿਆਂ ਅਤੇ ਵੱਡਿਆਂ ਦੇ ਨਾਲ ਅਸੀਂ ਪੰਜਾਬੀ ਭਾਸ਼ਾ ਵਿੱਚ ਗੱਲ ਕਰੀਏ, ਪੰਜਾਬੀ ਭਾਸ਼ਾ ਸਿੱਖੀਏ। ਅਗਰ ਅਸੀਂ ਸਿੱਖਾਂਗੇ ਨਹੀਂ ਤਾਂ ਗਿਆਨ ਤੋਂ ਦੂਰ ਹੋ ਜਾਵਾਂਗੇ। ਅੱਜ ਵਚਨ ਕਰ ਲਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਰ ਪੰਜਾਬੀ ਘੱਟ ਤੋਂ ਘੱਟ 5 ਬੰਦਿਆਂ ਨੂੰ ਪੰਜਾਬੀ ਵਿਚਕਾਰ ਉਸਦਾ ਨਾਮ ਲਿਖਣਾ ਸਿਖਾ ਦੇਗਾ ਅਤੇ ਸਮਝਾਂਗੇ ਕਿ ਅਸੀਂ ਸ਼ਤਾਬਦੀ ਮਨਾਈ ਜਿਹੜੀ ਹੈ ਉਹ ਸਫਲ ਹੋ ਗਈ ਹੈ। ਤੋ ਅੱਜ ਦਾ ਇਸ ਐਪੀਸੋਡ ਨੂੰ ਸ਼ੁਰੂ ਕਰਦੇ ਹੋਏ ਮੈਂ ਸੱਦਾ ਦੇਣ ਜਾ ਰਿਹਾ ਉਹਨਾਂ ਦੋਨਾਂ ਟੀਮਾਂ ਨੂੰ ਜਿਹੜੀਆਂ ਅੱਜ ਇਸ ਪ੍ਰਤੀਯੋਗਤਾ ਵਿੱਚ ਹਿੱਸਾ ਲੈਣ ਸਾਡੇ ਕੋਲ ਪਹੁੰਚੀਆਂ ਨੇ। ਤੋ ਮੈਂ ਬੜੇ ਅਦਬ ਅਤੇ ਸਤਿਕਾਰ ਨਾਲ ਬੇਨਤੀ ਕਰਨ ਜਾ ਰਿਹਾ ਟੀਮ ਪ੍ਰੀਤ ਨੂੰ। ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਰਲੀਨ ਕੌਰ ਫਰੋਮ ਲੁਧਿਆਣਾ ਇਨ ਗੁਰੂ ਨਾਨਕ ਦੇਵ ਜੀ ਇੰਸਟੀਟਿਊਟ ਆਫ ਸੁਚੱਜਰ ਫਾਊਂਡੇਸ਼ਨ ਸਕੂਲ। ਮੈਂ ਇਸ ਸ਼ੋਅ ਤੋਂ ਬਹੁਤ ਕੁਝ ਸਿੱਖਿਆ। ਜੋ ਸਿੱਖ ਦੇਸ਼ ਵਿਦੇਸ਼ ਵਿੱਚ ਸਿੱਖ ਹਰ ਮਰਿਆਦਾ 'ਤੇ ਚੱਲ ਕੇ ਤਰੱਕੀਆਂ ਕਰ ਰਹੇ ਹਨ, ਮੈਨੂੰ ਉਹਨਾਂ 'ਤੇ ਮਾਣ ਹੈ। ਮੈਂ ਅਰਸ਼ਪ੍ਰੀਤ ਕੌਰ ਲੁਧਿਆਣੇ ਤੋਂ ਗੁਰੂ ਨਾਨਕ ਦੇਵ ਜੀ ਇੰਸਟੀਟਿਊਟ ਆਫ ਸੁਚੱਜਰ ਫਾਊਂਡੇਸ਼ਨ ਵਿੱਚ 7ਵੀਂ ਕਲਾਸ ਦੀ ਵਿਦਿਆਰਥਣ ਹਾਂ। ਮੈਨੂੰ ਇਸ ਸ਼ੋਅ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਆਈ ਐਮ ਵੈਰੀ ਗਲੈਡ ਟੂ ਬੀ ਅ ਪਾਰਟ ਆਫ ਆਓ ਬਣੀਏ ਗੁਰਸਿੱਖ ਪਿਆਰਾ। ਸੋ ਹੁਣ ਮੈਂ ਸੱਦਾ ਦੇਣ ਜਾ ਰਿਹਾ ਟੀਮ ਨੇਹੇ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨਵੀਨ ਕੌਰ, ਮੈਂ ਦੇਹਰਾਦੂਨ ਦੀ ਰਹਿਣ ਵਾਲੀ ਹਾਂ ਅਤੇ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ 3rd ਈਅਰ 'ਚ ਹਾਂ ਅਤੇ ਮੈਂ ਗ੍ਰਾਫਿਕਲ ਡੀਮ ਟੂ ਬੀ ਯੂਨੀਵਰਸਿਟੀ ਤੋਂ ਪੜ੍ਹ ਰਹੀ ਹਾਂ। ਆਓ ਬਣੀਏ ਗੁਰਸਿੱਖ ਪਿਆਰਾ ਲਈ ਤਿਆਰੀ ਕਰਦੇ ਕਰਦੇ ਮੈਨੂੰ ਡੂੰਘੀਆਂ ਗੱਲਾਂ ਦੇ ਬਾਰੇ ਪਤਾ ਚੱਲਿਆ ਹੈ ਅਤੇ ਮੈਂ ਗੁਰਬਾਣੀ ਦੇ ਰਾਹ 'ਚ ਚੱਲਣਾ ਚਾਹੁੰਦੀ ਹਾਂ। ਮੈਂ ਹਰਪ੍ਰੀਤ ਕੌਰ, ਮੈਂ ਐੱਮ ਏ ਕਰ ਰਹੀ ਹਾਂ ਗੁਰੂ ਨਾਨਕ ਦੇਵ ਖਾਲਸਾ ਕਾਲਜ ਤੋਂ। ਮੈਂ ਆਓ ਬਣੀਏ ਗੁਰਸਿੱਖ ਪਿਆਰਾ ਤੋਂ ਹੋਰ ਡੂੰਘੀਆਂ ਗੱਲਾਂ ਸਿੱਖਣਾ ਚਾਹੁੰਦੀ ਹਾਂ ਅਤੇ ਆਪਣੀ ਲਾਈਫ 'ਚ ਵਿਚਾਰਨਾ ਚਾਹੁੰਦੀ ਹਾਂ ਅਤੇ ਗੁਰਬਾਣੀ ਦੀ ਰਾਹ 'ਤੇ ਚੱਲਣਾ ਚਾਹੁੰਦੀ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਗੇਮ ਨੂੰ ਆਰੰਭ ਕਰੀਏ, ਮੈਂ ਦੋਨੋਂ ਟੀਮਾਂ ਨੂੰ ਸਾਂਝੇ ਰੂਪ ਦੇ ਵਿਚਕਾਰ ਰੂਲ ਦੱਸ ਦੇਣਾ ਚਾਹੁੰਦਾ। ਹਰ ਪ੍ਰਸ਼ਨ ਦੇ 10 ਮਾਰਕਸ ਨੇ ਔਰ 60 ਸੈਕਿੰਡ ਯਾਨੀ 1 ਮਿੰਟ ਦਾ ਟਾਈਮ ਹੈ ਔਰ ਇਸਦੇ ਵਿਚਕਾਰ ਜਿਹੜਾ ਕੁਐਸਚਨ ਪਾਸ ਆਨ ਹੋਏਗਾ ਦੂਜੀ ਟੀਮ ਨੂੰ, ਜਿਹੜਾ ਹੋ ਸਕਦਾ ਹੈ ਉਹਦੇ ਮਾਰਕਸ ਜਿਹੜੇ ਨੇ ਉਹ ਆਪ ਜੀ ਨੂੰ ਦੂਸਰੀ ਟੀਮ ਨੂੰ ਮਿਲਣਗੇ ਬੋਨਸ ਮਾਰਕਸ ਦੇ ਰੂਪ ਦੇ ਵਿਚਕਾਰ। ਔਰ ਨਾਲ ਹੀ ਅਸੀਂ ਐਂਡ ਵੀ ਦੱਸਣਾ ਚਾਹੁੰਦੇ ਹਾਂ ਕਿ ਇਹ ਪ੍ਰਤੀਯੋਗਤਾ ਦੇ ਵਿਚਕਾਰ ਜਿੱਤ ਹਾਰ ਜਿਹੜੀ ਹੈ ਉਹ ਮੈਟਰ ਨਹੀਂ ਕਰਦੀ। ਇਹਦੇ ਅੰਦਰ ਮੈਟਰ ਕਰਦਾ ਹੈ ਕਿ ਗਿਆਨ ਦੇ ਸਰੋਵਰ ਦੇ ਵਿੱਚੋਂ ਉਹਨਾਂ ਮੋਤੀਆਂ ਨੂੰ ਲੱਭ ਕੇ ਆਪ ਤੱਕ ਪਹੁੰਚਾਉਣ ਦਾ ਕਰ। ਸੋ ਇਹਨਾਂ ਪ੍ਰਸ਼ਨਾਂ ਦੀ ਲੜੀ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਤੋ ਪਹਿਲਾ ਪ੍ਰਸ਼ਨ ਜਿਹੜਾ ਆਉਣ ਜਾ ਰਿਹਾ ਹੈ ਟੀਮ ਪ੍ਰੀਤ ਲਈ, ਤਿਆਰ ਹੋ ਜੀ। ਇਹ ਗੁਰਬਾਣੀ ਤੋਂ ਹੈ ਤੋ ਕਿਰਪਾ ਕਰਕੇ ਆਪ ਆਪਣੇ ਆਪ ਨੂੰ ਇਹਦੇ 'ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਨਾ। ਸੁਖਮਣੀ ਸਾਹਿਬ ਦੀ ਰਹਾਉ ਦੀ ਪੰਕਤੀ ਕਿਹੜੀ ਹੈ? ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ। ਬਿਲਕੁਲ ਠੀਕ। ਅਗਲਾ ਪ੍ਰਸ਼ਨ ਟੀਮ ਨੇ ਵਾਸਤੇ, ਸਿੱਧ ਗੋਸ਼ਟ ਬਾਣੀ ਦੀ ਰਹਾਉ ਦੀ ਤੁਕ ਕਿਹੜੀ ਹੈ? ਸਮਾਂ ਦੌੜ ਰਿਹਾ, ਤੁਸੀਂ ਧਿਆਨ ਨਾਲ ਜਵਾਬ ਦਿਓ। ਲਾਈਫ ਲਾਈਨ ਸਮਾਂ ਰੋਕ ਦਿੱਤਾ ਜਾ ਰਿਹਾ। ਆਪ ਜੀ ਨੂੰ ਐਕਸਪਰਟ ਐਡਵਾਈਸ ਲੈ ਰਹੇ ਹੋ ਆਪ। ਸੋ ਸਾਡੇ ਨਾਲ ਅੱਜ ਸਰਦਾਰਨੀ ਮਹਿਕ ਕੌਰ ਜੀ, ਜਿਹੜੇ ਕਿ ਕਾਰਡਿਫ UK ਇੰਗਲੈਂਡ ਤੋਂ ਸਾਡੇ ਨਾਲ ਜੁੜੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਕ ਕੌਰ ਜੀ, ਆਪ ਸਕਰੀਨ 'ਤੇ ਦੇਖ ਰਹੇ ਹੋ ਕਿ ਟੀਮ ਨੇਹ ਨੂੰ ਇਹ ਪ੍ਰਸ਼ਨ ਪੁੱਛਿਆ ਗਿਆ ਸੀ ਔਰ
उस दा उत्तर जड़ा है ये टीम ने आप जी की सहायता मंगी है, कृपा करके दसन की कृपालता करो। वाहेगुरु जी का खालसा, वाहेगुरु जी की फतेह। क्या पविए सच सुचा होए, सार शब्द बिन मुखत न कोए, रहाओ। वो कह रहे ने कि रहाओ की जिहड़ी तुक है, क्या पविए सच सुचा होए, साच शब्द बिन मुक्त न कोई, रहाओ। सहमत हो? फिर धन्यवाद करना बनता है ना। बहुत बहुत धन्यवाद सरदारनी महक कौर जी आप जी का कि आपने आओ बनिए गुरसिख प्यारा दे टीम दे नाल अते नेह टीम नूं आपने इस प्रतियोगिता जगह बताया, तो बहुत बहुत धन्यवाद। तो 10 मार्क्स तुहाडे खाते विच जुड़ गए ने महक कौर जी करके, ठीक है। तो अगला प्रश्न जड़ा है वो आ रहा है हुण टीम प्रीत वास्ते, गुरु नानक साहिब अते पीर, ठीक है। और प्रश्न आप जी दी स्क्रीन ते आन जा रहा है, सियालकोट विखे गुरु जी दी किस मुसलमान पीर नाल मुलाकात हुई? विद विच मुस्लिम पीर डिड गुरु नानक जी मेट एट सियालकोट? सो समा रोक दिता गया। प्रीत टीम आप जी ने एक्सपर्ट एडवाइस लई किया है, सो आज साढ़े नाल एक्सपर्ट एडवाइस वास्ते जुड़े हुए ने सरदार उपकार सिंह जी, जिहड़े के फॉर्मर जनरल मैनेजर पंजाब एंड सिंध बैंक रहे ने, और अजकल वो ब्रिटिश कोलंबिया दे सरी शहर विच रह रहे ने, आज साढ़े नाल लाइन ते जुड़े ने। सर उपकार सिंह जी, वाहेगुरु जी का खालसा, वाहेगुरु जी की फतेह। जिस तरह कि आप देख रहे हो कि टीम प्रीत नूं ये सवाल पूछा गया सी और वो जवाब देन च समर्थ रहे, उन्होंने आप जी को सहयोग मंगया, और कृपा करके आप दसन की कृपालता करो कि वो केड़े पीर सन। वाहेगुरु जी का खालसा, वाहेगुरु जी की फतेह। इस सवाल का ठीक जवाब है पीर हमजा गौंस। सो सरकार सिंह जी कह रहे ने कि उन्हां दा नाम है हमजा गौंस, कि आप जी उन्हां नाल सहमत हो? जे सहमत हो तो 10 मार्क्स पूरे मिलने ने, तो धन्यवाद करना बनता है ना, तो आप धन्यवाद करिए उन्हां दा मिलके। तो सरकार सिंह जी आप जी का बहुत बहुत धन्यवाद, आप जी साढ़े प्रोग्राम नाल जुड़े और आप जी ने इस टीम की मदद भी की है, थोड़ा बहुत बहुत धन्यवाद। मेरी शुभकामनावां टीम अते प्रोग्राम ऑर्गेनाइजर नाल हन। वाहेगुरु जी आप नूं ढेर सारियां कामयाबी बख्शन। 10 मार्क तुहाडे खाते विच जुड़ गए ने, और अगला जिहड़ा प्रश्न है वह हुण आ रहा है टीम ने वास्ते, ठीक है। आप जी तैयार हो? सो आप जी का अगला प्रश्न, मुल्तान का किहड़ा महान पीर ज्ञान दे संवाद लई गुरु नानक साहिब जी दे दर्शन कर लई आया सी? विच ग्रेट पीर ऑफ मुल्तान केम टू विजिट गुरु नानक साहिब जी फॉर डायलॉग ऑन फिलोसफी एंड नॉलेज? पीर बहुद्दीन। हाँ जी, पीर बहुद्दीन। टाइम तो काफ़ी हैगा सी, विचार वटांदरा कर लिया सी आपस च। पीर बहुद्दीन। फुल 10 मार्क्स टू यू, पूरे 10 मार्क्स आप जी नूं मिले ने। सो बिल्कुल ठीक उत्तर है। सो अगला प्रश्न प्री टीम लई आप जी दे स्क्रीन ते, खेडां विच सिख, भारत दे किस सिख ने 30 मिंटां विच रोलर स्केट्स तो सब तो वध स्किप लई गिनीज वर्ल्ड ऑफ रिकॉर्ड विच अपना नाम दर्ज कीता है? रोलर स्केट स्किप्स होंदियां ने, उस बंदे ने गिनीज बुक ऑफ रिकॉर्ड दे विच अपना नाम दर्ज कराया है। जोरावर सिंह। सलाह कर ली आपस च? फुल 10 मार्क्स टू यू। घबरा के क्यों बोलते पे हो, हौसला बना के बोलो भाई। जोरावर सिंह बिल्कुल ठीक उत्तर है। तो अगला प्रश्न ने टीम वास्ते, केड़े सिख नूं बैंकॉक विखे
ਦੂਜੀ ਏਸ਼ੀਅਨ ਯੂਥ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਏਸ਼ੀਆ ਦਾ ਤੇਜ਼ ਦੌੜਾਕ ਬਣਨ ਦਾ ਮਾਣ ਮਿਲਿਆ। ਸਰਦਾਰ ਗੁਰਿੰਦਰ ਬੀਰ ਸਿੰਘ ਸਰਦਾਰ ਗੁਰਿੰਦਰ ਬੀਰ ਸਿੰਘ ਗੁਰਿੰਦਰ ਬੀਰ ਸਿੰਘ ਡਾਊਟ ਨਹੀਂ ਲਿਖਣਾ ਚਾਹੀਦਾ ਬਿਲਕੁਲ ਵੀ। ਫੁੱਲ 10 ਮਾਰਕਸ ਟੂ ਯੂ। ਤੁਹਾਡੇ ਐਕਸ਼ਨ ਤੋਂ ਲੱਗ ਰਿਹਾ ਸੀ ਮਾੜਾ ਮੋਟਾ ਡਾਊਟ ਹੈ ਕਿੱਥੇ। ਫੁੱਲ 10 ਮਾਰਕਸ ਟੂ ਯੂ ਗੁਰਿੰਦਰ ਬੀਰ ਸਿੰਘ ਦ ਗੋਲਡ ਮੈਡਲ ਵਿਦ 10.77 ਸੈਕਿੰਡਸ ਵਨ ਦਿਸ ਚੈਂਪੀਅਨਸ਼ਿਪ ਇਨ ਬੈਂਕੋਕ ਥਾਈਲੈਂਡ। ਪ੍ਰਸ਼ਨਾਂ ਦੀ ਲੜੀ ਨੂੰ ਅਸੀਂ ਜਾਰੀ ਰੱਖਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੇਰੇ ਕੋ ਐਂਕਰ ਵੀਰ ਸਾਹਿਬ ਹਰਜਿੰਦਰ ਸਿੰਘ ਜੀ ਇਸ ਪ੍ਰਤੀਯੋਗਤਾ ਨੂੰ ਜਾਰੀ ਰੱਖਣਗੇ। ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਦੋਨੋਂ ਟੀਮਾਂ ਦਾ ਸਕੋਰ ਦੇਖਣਾ ਚਾਹਾਂਗੇ ਕਿ ਇਸ ਵੇਲੇ ਇਸ ਪ੍ਰਤੀਯੋਗਤਾ ਵਿੱਚ ਦੋਨੋਂ ਟੀਮਾਂ ਕਿੰਨੇ ਕਿੰਨੇ ਮਾਰਕਸ 'ਤੇ ਖੜੀਆਂ ਨੇ। 30 ਔਰ 30 ਮਾਰਕਸ 'ਤੇ ਤੁਸੀਂ ਦੋਨੋਂ ਟੀਮਾਂ ਬਣੀਆਂ ਹੋ। ਔਰ ਦਰਸ਼ਕਾਂ ਨੂੰ ਕਹਾਂਗੇ ਅਸੀਂ ਛੋਟੇ ਜਿਹੇ ਲਮ੍ਹੇ ਤੋਂ ਬਾਅਦ ਤੁਹਾਡੇ ਕੋਲ ਫਿਰ ਤੋਂ ਆ ਰਹੇ ਹਾਂ, ਕਿਤੇ ਜਾਇਓ ਨਾ। ਔਰ ਬ੍ਰੇਕ ਦੇ ਵਿਚਕਾਰ ਤੁਹਾਡੇ ਕੋਲ ਇੱਕ ਮੌਕਾ ਮਿਲ ਰਿਹਾ ਹੈ ਆਓ ਬਣੀਏ ਗੁਰਸਿੱਖ ਪਿਆਰਾ ਦੀ ਟੀਮ ਦਾ ਘਰ ਬੈਠਿਆ ਹੋਇਆ ਹਿੱਸਾ ਬਣਨ ਦਾ, ਜਿਹਦੇ ਵਿਚਕਾਰ ਆਪ ਜੀ ਨੂੰ ਇੱਕ ਬ੍ਰੇਕ 'ਚ ਪ੍ਰਸ਼ਨ ਪੁੱਛਿਆ ਜਾਏਗਾ ਔਰ ਪ੍ਰਸ਼ਨ ਦਾ ਉੱਤਰ ਸਕਰੀਨ 'ਤੇ ਦਿੱਤੇ ਹੋਏ ਮਾਧਿਅਮ ਰਾਹੀਂ ਆਪ ਜੀ ਨੇ ਭੇਜਣਾ ਹੈ, ਜਿਹਦੇ ਵਿਚਕਾਰ ਆਪ ਨੇ ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਅਤੇ ਆਪਣੀ ਫੋਟੋ ਭੇਜਣੀ ਹੈ, ਤਾਂ ਕਿ ਅਗਲੇ ਹਫ਼ਤੇ ਦੇ ਪ੍ਰੋਗਰਾਮ ਦੇ ਵਿਚਕਾਰ ਆਪ ਜੀ ਆਓ ਬਣੀਏ ਗੁਰਸਿੱਖ ਪਿਆਰਾ ਪ੍ਰੋਗਰਾਮ ਦੇ ਪਰਿਵਾਰ ਦਾ ਹਿੱਸਾ ਬਣ ਸਕੋ। ਤਾਂ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਕਿਤੇ ਜਾਇਓ ਨਾ, ਆਓ ਬਣੀਏ ਗੁਰਸਿੱਖ ਪਿਆਰਾ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ। ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਹੈ ਸਿਮਕੋ ਤੋਂ। ਸਿਮਕੋ ਸੁਪਰੀਮ ਹੇਅਰ ਫਿਕਸਰ, ਸਿਮਕੋ ਕਲਾਸਿਕ ਹੇਅਰ ਫਿਕਸਰ, ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪੌਨ ਸਿਮਕੋ। ਸਮਾਰਟ ਪੰਜਾਬ ਮੁਹਿੰਮ ਦੇ ਤਹਿਤ ਪਹੁੰਚਿਆ ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ ਅੰਮ੍ਰਿਤਸਰ। ਸੋ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ 1000 ਤੋਂ ਉੱਪਰ ਸਰਕਾਰੀ ਸਕੂਲ ਨੇ ਜਿਨ੍ਹਾਂ ਦੇ ਵਿੱਚ ਸਮਾਰਟ ਕਲਾਸਿਸ ਲਗਾਉਣ ਵਾਸਤੇ ਪਹਿਲ ਕੀਤੀ ਹੈ ਡਾਟਾ ਵਿੰਡ ਨੇ। ਸਮੀਰ ਵਾਓ, ਜਸਟ ਪੁਆਇੰਟ ਐਂਡ ਮੂਵ, ਸਪੈਸ਼ਲਿਸਟ ਐਲਈਡੀ ਟੀਵੀ ਸਮਾਰਟ ਫੀਚਰਸ ਕੇ ਸਾਥ। ਮੈਂ ਮਹਿੰਗਾ ਹੋਗਾ, खुद देख ले। बेहतरीन पिक्चर, स्टाइलिश डिजाइन, 3 साल की वारंटी, वाइबर द एलईडी टीवी स्पेशलिस्ट। When it's about style, it's Simcoe. Simcoe Swift Power Hair Spray in Mega Strong, System Professional and Ultra Strong. Simcoe Swift Power Hair Spray. Style begins with it. Vaheguru Ji Ka Khalsa, Vaheguru Ji Ki Fateh. Aaj da audience question hai, name the educationist from Badu Sahib Himachal Pradesh who has been conferred with Excellence in School Education Award at the UK House of Commons recently. ਆਪ ਜੀ ਆਪਣੇ ਜਵਾਬ ਸਕਰੀਨ 'ਤੇ ਲਿਖੇ ਪ੍ਰੋਸੀਜਰ ਅਨੁਸਾਰ ਸਾਨੂੰ ਭੇਜ ਸਕਦੇ ਹੋ। ਧੰਨਵਾਦ ਜੀ। ਗੁਰਸਿੱਖ ਪਿਆਰਾ, ਆਓ ਬਣੀਏ ਗੁਰਸਿੱਖ ਪਿਆਰਾ, ਆਓ ਬਣੀਏ ਗੁਰਸਿੱਖ ਪਿਆਰਾ। ਵੈਲਕਮ ਬੈਕ, ਨਿੱਘਾ ਸਵਾਗਤ ਹੈ ਸਾਡੇ ਸਾਰੇ ਪਿਆਰੇ ਅਤੇ ਸੂਝਵਾਨ ਦਰਸ਼ਕਾਂ ਦਾ ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 18th ਸੀਜ਼ਨ ਦੇ 4th
ਪ੍ਰੀਲਿਮਨਰੀ ਰਾਊਂਡ ਵਿੱਚ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਦੇਖਦੇ ਹਾਂ ਸਾਡੇ ਦਰਸ਼ਕ ਬੜੇ ਉਤਸੁਕ ਹੋਣਗੇ ਕਿ ਕਿਸ ਤਰ੍ਹਾਂ ਅੱਗੇ ਦੋਨੋਂ ਟੀਮਸ ਪਰਫੋਰਮ ਕਰਦੀਆਂ। ਸੋ ਲਓ ਜੀ, ਪ੍ਰੀਤ ਟੀਮ ਲਈ ਅਗਲਾ ਜਿਹੜਾ ਕੁਐਸਚਨ ਦਾ ਰਾਊਂਡ ਹੈ ਉਹ ਹੁਣ ਆ ਰਿਹਾ ਜੀ ਸਕਰੀਨ ਦੇ ਉੱਪਰ। ਪੂਰਾ ਕਰੋ, ਕੰਪਲੀਟ ਕਰਨਾ ਹੈ ਆਪ ਜੀ ਨੇ। ਕੋਈ ਕਵਿਤਾ ਦੀ ਲਾਈਨ ਹੋਏਗੀ, ਬੜੇ ਧਿਆਨ ਨਾਲ ਪੜ੍ਹ ਕੇ ਉਸਨੂੰ ਕੰਪਲੀਟ ਕਰਨਾ ਹੈ ਔਰ ਲਾਊਡ ਵਾਇਸ ਦੇ ਵਿੱਚ ਸਾਡੇ ਸਾਰੇ ਦਰਸ਼ਕਾਂ ਦੇ ਨਾਲ ਸਾਂਝ ਪਾ। ਇਸ ਗੱਲੋਂ ਹੈ ਬਿਹਾਲ ਮੰਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ, ਆਪੇ ਦੀ ਪਛਾਣ ਭੁੱਲ ਗਈ, ਆਪੇ ਹੀ ਪਛਾਣ ਭੁੱਲ ਗਈ। ਦੇਖ ਲਓ, ਕਰੈਕਟ ਕਰ ਲਓ ਆਪਸ ਵਿੱਚ, ਆਪੇ ਹੀ ਪਛਾਣ ਭੁੱਲ ਗਈ, ਆਪੇ ਹੀ ਪਛਾਣ ਭੁੱਲ ਗਈ। ਠੀਕ ਬਣ ਰਿਹਾ, ਆਪੇ ਦੀ ਆਪਣੇ ਆਪ ਦੀ ਪਛਾਣ ਭੁੱਲ ਗਈ, ਆਪੇ ਦੀ ਪਛਾਣ ਭੁੱਲ ਗਈ, ਆਪੇ ਦੀ ਪਛਾਣ ਭੁੱਲ ਗਈ। ਇਸ ਗੱਲੋਂ ਹੈ ਬਿਹਾਲ ਮੰਨਾ ਮੇਰਿਆ, ਆਪੇ ਦੀ ਪਛਾਣ ਭੁੱਲ ਗਈ। ਬਿਲਕੁਲ ਠੀਕ ਜਵਾਬ ਹੈ ਜੀ। ਹੁਣ ਠੀਕ ਹੈ, ਆਪੇ ਹੀ ਤਾਂ ਨਹੀਂ ਨਾ, ਆਪੇ ਦੀ ਹੈ ਨਾ, ਸੈਂਟੈਂਸ ਬਣ ਰਿਹਾ ਨਾ, ਪੋਇਟਰੀ ਬਣ ਰਹੀ ਹੈ ਨਾ। ਠੀਕ ਬੋਲਿਆ ਜੀ ਇਹਨਾਂ ਨੇ। ਚਲੋ, ਇਹਦਾ ਮੀਨਿੰਗ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰ ਲਈਏ ਜੀ। ਬਿਹਾਲ ਹੁੰਦਾ ਬੀਅੰਸ ਡਿਸਟਰਬਡ ਹੈ, ਜਦੋਂ ਆਪਣੀ ਪਛਾਣ ਭੁੱਲ ਜਾਏ ਨਾ ਕਿ ਹੂ ਐਮ ਆਈ, ਆਪਣੇ ਆਪ ਨੂੰ ਕਰੈਕਟ ਕਰਨ ਵਾਲੇ ਪਾਸੇ ਜਦੋਂ ਅਸੀਂ ਲੱਗ ਜਾਂਦੇ ਹਾਂ ਨਾ, ਆਪਣੀ ਪਛਾਣ ਕਰ ਲੈਂਦੇ ਹਾਂ ਨਾ, ਫਿਰ ਅਸੀਂ ਡਿਸਟਰਬ ਨਹੀਂ ਹੋਵਾਂਗੇ। ਠੀਕ ਹੈ ਜੀ। ਵੈਨ ਐਵਰ ਵੀ ਸਟਾਰਟ ਕਰੈਕਟਿੰਗ ਆਵਰ ਸੈਲਫ ਵੀ ਵਿਲ ਬੀ ਮੋਰ ਹੈਪੀ। ਅਗਲੀ ਪੋਇਟਰੀ ਦੀ ਲਾਈਨ ਹੈ ਜੀ, ਹੁਣ ਤੁਹਾਡੇ ਸਾਹਮਣੇ। ਸਾਦੀਆਂ ਰਸਮਾਂ, ਖੁਸ਼ੀਆਂ ਦਾ ਚਸ਼ਮਾ, ਖੁਸ਼ੀਆਂ ਦਾ ਵਾਹ, ਸਾਦੀਆਂ ਰਸਮਾਂ, ਖੁਸ਼ੀਆਂ ਦਾ ਚਸ਼ਮਾ, ਬਿਲਕੁਲ ਠੀਕ ਜਵਾਬ ਹੈ। ਐਂਡ ਵੀ ਹਰਡਲੀ ਮੂਵ ਟੂ ਪ੍ਰੀਤ ਟੀਮ ਫੋਰ ਨੈਕਸਟ ਕੁਐਸਚਨ। ਰਿਸਾਈਟ ਦੀ ਨੈਕਸਟ ਤੁਕ, ਆਡੀਓ ਰਾਊਂਡ ਹੈ ਜੀ। ਅਗਲੀ ਤੁਕ ਦਾ ਉਚਾਰਨ ਕਰਨਾ, ਦੋਨੋਂ ਟੀਮਸ ਨੂੰ ਇੱਕ ਇੱਕ ਕਰਕੇ ਕੁਐਸਚਨ ਆਏਗਾ। ਬੜੇ ਧਿਆਨ ਦੇ ਨਾਲ ਆਪ ਜੀ ਨੇ ਸੁਣ ਕੇ ਨਾਲ ਨਾਲ ਰਿਸਾਈਟ ਕਰਨੀ ਹੈ, ਰਿਸਾਈਟ ਕਰਨਾ ਨਾਲ ਨਾਲ, ਜਿਸ ਨਾਲ ਆਪ ਜੀ ਨੂੰ ਨੈਕਸਟ ਤੁਕ ਯਾਦ ਆ ਜਾਏ। ਸੋ ਲਓ ਜੀ, ਸੁਣੋ ਇਹ ਆਡੀਓ ਕਲਿੱਪ। ਮਾਨ ਕਹਾਂ ਕਰੇ ਜਗ ਸੁਪਨੇ ਜਿਉ ਜਾਨ। ਝੂਠੇ ਮਨ ਕਹਾਂ ਕਰੇ ਮਨ ਮੈਂ ਤੇਰੇ ਗੁਮਾਨ, ਇਨ ਮੈਂ ਕੱਛ ਤੇਰੋ ਨਹੀਂ, ਨਾਨਕ ਕਹਿਓ ਬਖਾਨ। ਬਹੁਤ ਵਧੀਆ ਜੀ, ਬਹੁਤ ਮਿੱਠੀ ਆਵਾਜ਼ ਵਿੱਚ ਗੁਰੂ ਪਾਤਸ਼ਾਹ ਦਾ, ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 41ਵਾਂ ਸਲੋਕ ਹੈ, ਉਹ ਆਪ ਜੀ ਨੇ ਗਾ ਕੇ ਸੰਗਤਾਂ ਦੇ ਨਾਲ ਸਾਂਝਾ ਕੀਤਾ। Full 10 marks to this team and we proceed to next team, Nehe team, jehdi hun attempt karegi ji audio round vich audio clip sun ke next tuk da jawab dena ji. Lo ji. Bal jawani ar bird fon teen avastha jaan. ਬੜੇ ਧਿਆਨ ਨਾਲ ਜਿਸ ਤਰ੍ਹਾਂ ਇਸ ਟੀਮ ਨੇ ਜਵਾਬ ਦਿੱਤਾ, ਸਾਨੂੰ ਉਮੀਦ ਹੈ ਕਿ ਇਹ ਵੀ ਉਸ ਤਰ੍ਹਾਂ ਹੀ। ਬਾਲ ਜਵਾਨੀ ਯਾਰ ਬਿਰਦ ਫੁਨ ਤੀਰ ਅਵਸਥਾ ਜਾਨ, ਕਉ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ। ਬਹੁਤ ਵਧੀਆ ਜੀ। ਸੋ
10 marks ਦੋਨੋਂ ਟੀਮਸ ਨੇ ਆਡੀਓ ਕਲਿੱਪ ਵਾਲੇ ਰਾਊਂਡ 'ਚ ਗੇਨ ਕਰ ਲੈਣ। ਵਧਾਂਗੇ ਜੀ ਅਗਲੇ ਰਾਊਂਡ ਵੱਲ, ਜਿਹੜਾ ਕਿ ਡਾਇਰੈਕਟ ਹੁਣ ਪ੍ਰੀਤ ਟੀਮ ਲਈ ਹੈ, ਜਿੱਥੇ ਇੱਕ ਬੜਾ ਵੱਡਾ ਟਵਿਸਟ ਆਏਗਾ ਮਾਰਕਸ 'ਚ। ਜੇ ਆਪ ਜੀ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਆਪ ਜੀ ਸ਼ੋਅ ਦੇਖਦੇ ਹੋ ਜੀ, ਫਿਰ ਤਾਂ ਆਪ ਜੀ ਨੂੰ ਦੋਨਾਂ ਨੂੰ ਪਤਾ ਹੋਏਗਾ ਇਸ ਰਾਊਂਡ ਬਾਰੇ। ਆਈਡੈਂਟੀਫਾਈ ਦਾ ਸਿੱਖ ਪਰਸਨੈਲਿਟੀ ਇਮੇਜ ਆ ਰਹੀ ਹੈ, ਡਾਇਰੈਕਟ ਕੁਐਸਚਨ ਫੋਰ ਪ੍ਰੀਤ ਟੀਮ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸੰਤ ਸਿੰਘ ਸ਼ਟਰ। ਸੰਤ ਸਿੰਘ ਸ਼ਟਰ ਕੌਨਫੀਡੈਂਟ ਹੋ, ਤਾਂ ਹੀ ਤੁਸੀਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਬੋਲਿਆ, ਤਾਂ ਫਿਰ ਤੁਹਾਡਾ ਆਂਸਰ ਵੀ ਠੀਕ ਹੋ ਗਿਆ ਹੈ। ਫੁੱਲ 20 ਮਾਰਕਸ ਫੋਰ ਦਿਸ ਟੀਮ। ਇਹਨਾਂ ਬਾਰੇ ਜਾਣਦੇ ਹੋ ਆਪ ਜੀ ਕੁਛ? ਪੋਸਟਮੈਨ ਨੇ। ਅੱਛਾ ਜੀ, ਕਿੱਥੇ ਦੇ ਫਸਟ ਪੋਸਟ? ਬ੍ਰਿਟੇਨ। ਚਲੋ ਦਰਸ਼ਕਾਂ ਨਾਲ ਅਸੀਂ ਸ਼ੇਅਰ ਕਰ ਲਈਏ, ਦ ਫਸਟ ਪੋਸਟਮੈਨ ਇਨ ਬ੍ਰਿਟੇਨ ਟੂ ਬੀ ਅਲਾਊਡ ਟੂ ਵੀਅਰ ਏ ਟਰਬਨ ਔਨ ਡਿਊਟੀ। ਵਧਾਂਗੇ ਅਗਲੇ ਕੁਐਸਚਨ ਲਈ। ਨੇਹੇ ਟੀਮ ਵੱਲ ਇਮੇਜ ਆ ਰਹੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚੌਰ ਰਾਊਂਡ ਹੈ ਜੀ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸਰਦਾਰ ਮੋਹਿੰਦਰ ਸਿੰਘ। ਸਰਦਾਰ ਮੋਹਿੰਦਰ ਸਿੰਘ, ਦੋਨਾਂ ਦੀ ਸੇਮ ਰਾਏ ਹੈ ਜੀ, ਕੁਝ ਜਾਣਦੇ ਨਾ ਬਾਰੇ? ਇਹਨਾਂ ਨੇ ਵਰਲਡ ਵਾਰ ਸੈਕਿੰਡ ਵਿੱਚ ਜਾਪਨੀਜ਼ ਟਰੂਪਸ ਨੂੰ ਬਚਾਇਆ ਸੀ। ਵਰਲਡ ਵਾਰ ਸੈਕਿੰਡ ਦੇ ਵਿੱਚ ਜੈਪਨੀਜ਼ ਟਰੁੱਪ ਨੂੰ ਬਚਾਇਆ ਸੀ ਸਰਦਾਰ ਮੋਹਿੰਦਰ ਸਿੰਘ ਜੀ, ਬਿਲਕੁਲ ਠੀਕ ਜਵਾਬ ਹੈ ਜੀ। 20 ਮਾਰਕਸ ਫੋਰ ਦਿਸ ਟੀਮ। ਸਕੁਐਡਰਨ ਲੀਡਰ ਮੋਹਿੰਦਰ ਸਿੰਘ ਪੂਜੀ, ਇਨ 1940 ਹੀ ਅਟੈਂਡਡ ਦੀ ਇੰਡੀਅਨ ਏਅਰ ਫੋਰਸ ਫੋਰਥ ਪਾਇਲਟਸ ਕੋਰਸ। ਹੀ ਸੇਵਡ 300 ਅਮੈਰੀਕਨਸ ਸੋਲਜਰਸ ਫਰੋਮ ਜੈਪਨੀਜ਼ ਟਰੁੱਪਸ ਡਿਊਰਿੰਗ ਵਰਲਡ ਵਾਰ ਸੈਕਿੰਡ। ਆਪ ਜੀ ਜੈਪਨੀਜ਼, ਠੀਕ ਹੈ ਜੀ, ਫਰੋਮ ਜੈਪਨੀਜ਼ ਟਰੁੱਪਸ। ਸੋ ਫੁੱਲ 20 ਮਾਰਕਸ ਟੂ ਦਿਸ ਟੀਮ, ਐਂਡ ਵੀ ਹੈਵ ਕਮ ਟੂ ਦੀ ਐਂਡ ਆਫ ਦੀ ਕੰਪੀਟੀਸ਼ਨ। ਅਤੇ ਜਾਣਨਾ ਚਾਹਾਂਗੇ ਦੋਨੋਂ ਟੀਮਸ ਦੇ ਕੀ ਸਕੋਰ ਹਨ। ਦੋਨੋਂ ਟੀਮਸ ਦੇ ਵਿੱਚ ਸਾਡੇ ਦਰਸ਼ਕ ਵੀ ਵਾਚ ਕਰ ਰਹੇ ਹਨ ਕਿ ਟਾਈ ਹੋ ਚੁੱਕੀ ਹੈ। 70 ਮਾਰਕਸ ਈਚ ਦੋਨੋਂ ਟੀਮਸ ਨੇ ਗੇਨ ਕੀਤੇ ਹਨ। ਸੋ ਟਾਈ ਬ੍ਰੇਕਰ ਕੁਐਸਚਨ ਆ ਰਿਹਾ ਜੀ, ਬਜ਼ਰ ਰਾਊਂਡ। ਜਿਹੜੀ ਟੀਮ ਪਹਿਲੇ ਬਜ਼ਰ ਵਜਾ ਦੇਗੀ ਕੁਐਸਚਨ ਪੜ੍ਹ ਕੇ, ਕੁਐਸਚਨ ਸਮਝ ਕੇ, ਠੀਕ ਹੈ ਜੀ, ਉਸਨੂੰ ਜਵਾਬ ਦੇਣਾ ਪਏਗਾ ਸਪਰ ਆਫ ਮੂਮੈਂਟ। ਕਲੀਅਰ? ਓਕੇ, ਲਓ ਜੀ ਟਾਈ ਬ੍ਰੇਕਰ ਕੁਐਸਚਨ ਦੋਨੋਂ ਟੀਮਸ ਲਈ ਹੁਣ ਉਹਨਾਂ ਦੀ ਸਕਰੀਨ 'ਤੇ। ਇਨ ਵਿਚ ਸਟੇਟ ਆਫ ਯੂ ਐਸ ਏ ਸਟੇਟ ਲਾਅ ਇਜ਼ ਅਨੈਕਟਡ ਇਨ ਦੀ ਗੁਰਦੁਆਰਾ ਬਾਏ ਦੀ ਗਵਰਨਰ ਜੇ ਬੀ ਪ੍ਰਿਟਜ਼ਕਰ ਔਨ ਆਗਸਟ 3rd 2019 ਦੈਟ ਦੀ ਮੰਥ ਆਫ ਅਪ੍ਰੈਲ ਸ਼ੈਲ ਬੀ ਏ ਸਿੱਖ ਅਵੇਅਰਨੈਸ ਐਂਡ ਐਪਰੀਸੀਏਸ਼ਨ ਮੰਥ ਈਚ ਈਅਰ। ਹਾਂਜੀ, ਬਜ਼ਰ ਆਪ ਜੀ ਨੇ ਪਹਿਲੇ ਵਜਾਇਆ। ਓਕੇ, ਇਲੀਨੋਇਸ। ਇਲੀਨੋਇਸ, ਹਾਂਜੀ, IWLINOIS। ਵਾਓ, ਆਪ ਜੀ ਨੇ ਬਜ਼ਰ ਪਹਿਲੇ ਵਜਾਇਆ, ਬਿਲਕੁਲ ਠੀਕ ਜਵਾਬ ਦਿੱਤਾ। ਅਤੇ ਸਾਡੇ ਦਰਸ਼ਕਾਂ ਨੇ ਨੋਟਿਸ ਕੀਤਾ ਕਿ ਬੜੀ ਡੀਪ ਬਰੀਦ ਲਈ ਹੈ ਇਹਨਾਂ ਨੇ ਉਸ ਤੋਂ ਬਾਅਦ, ਬਈ ਇਹਨਾਂ ਦਾ ਆਂਸਰ ਠੀਕ ਹੋ ਗਿਆ। ਬੜਾ ਫਾਸਟ ਐਕਟ ਕੀਤਾ ਇਹਨਾਂ ਨੇ। ਮੈਂ ਰਿਕੁਐਸਟ ਕਰਾਂਗਾ ਸਰਦਾਰ ਕੁਲਮੋਹਨ ਸਿੰਘ ਜੀ, ਮੇਰੇ ਕੋ ਐਂਕਰ ਵੀਰ, ਉਹ ਆਪਣੇ ਨਾਲ ਭਾਈ ਮਨਿੰਦਰਪਾਲ ਸਿੰਘ ਜੀ, ਪੰਜਾਬੀ ਪ੍ਰਚਾਰਨੀ ਸਭਾ ਦੇ ਸੰਸਥਾਪਕ, ਨਾਲ ਪ੍ਰੋਫੈਸਰ ਹਰਮਿੰਦਰ ਸਿੰਘ ਜੀ, ਐਕਸ ਵਾਈਸ ਪ੍ਰਿੰਸੀਪਲ ਖਾਲਸਾ ਕਾਲਜ, ਉਹ ਇਹਨਾਂ ਨੂੰ ਨਾਲ ਲੈ ਕੇ ਅਤੇ ਨਾਲ ਵੀਰ ਭੁਪਿੰਦਰ ਸਿੰਘ ਨੂੰ ਲੈ ਕੇ ਸਟੇਜ ਦੇ ਉੱਪਰ ਆਉਣ, ਤਾਂ ਕਿ ਇਹਨਾਂ ਦੋਨੋਂ ਟੀਮਸ ਨੂੰ ਅਸੀਂ ਪਿਆਰ ਔਰ ਗਿਫਟ ਦੇ ਸਕੀਏ। ਥੈਂਕ ਯੂ ਸੋ ਮੱਚ। ਸੋ ਦੇਖਿਆ ਦਰਸ਼ਕਾਂ ਨੇ, ਇਹ ਮੁਕਾਬਲਾ ਪੂਰੀ ਤਰ੍ਹਾਂ ਮੁਕਾਬਲਾ ਹੀ ਸੀ, ਔਰ ਦੋਨੋਂ ਟੀਮਾਂ ਨੇ ਆਪਣੇ ਵੱਲੋਂ ਕੋਈ ਕੋਸ਼ਿਸ਼ ਨਹੀਂ ਛੱਡੀ ਕਿ ਉਹ ਇਸ ਪ੍ਰਤੀਯੋਗਤਾ 'ਚੋਂ ਕਿਤੇ ਬਾਹਰ ਹੋ ਜਾਣ, ਲੇਕਿਨ ਨਤੀਜਾ ਕਿਤੇ ਨਾ ਆ ਕੇ ਨਿਕਲਣਾ ਹੁੰਦਾ। ਲੇਕਿਨ ਕਈ ਵਾਰੀ ਟੀਮਾਂ ਜਿਹੜੀਆਂ ਨੇ ਉਹ ਪ੍ਰਤੀਯੋਗਤਾ ਤੋਂ ਬਾਹਰ ਤਾਂ ਹੁੰਦੀਆਂ ਨੇ, ਲੇਕਿਨ ਉਹ ਜਿੱਤ ਕੇ ਜਾ ਰਹੀਆਂ ਹੁੰਦੀਆਂ। ਇਹਨਾਂ ਨੂੰ ਪਿਆਰ ਅਤੇ ਸਤਿਕਾਰ ਦੇਣ ਵਾਸਤੇ ਜਿਹੜੀ ਟੀਮ ਅੱਜ ਇੱਥੋਂ ਵਿਦਾਇਗੀ ਲੈ ਰਹੀ ਹੈ, ਮਾਈ ਮਨਿੰਦਰਪਾਲ ਸਿੰਘ ਜੀ ਅਤੇ ਭੁਪਿੰਦਰ ਸਿੰਘ ਜੀ, ਉਹਨਾਂ ਨੂੰ ਗਿਫਟ ਹੈਂਪਰ ਦੇਣਗੇ ਸਿਮਕੋ ਵੱਲੋਂ, ਗਿਫਟ ਹੈਂਪਰ ਦਿੱਤਾ ਜਾਏਗਾ ਫਰੈਬੋ ਵੱਲੋਂ, ਔਰ ਨਾਲ ਹੀ ਉਹਨਾਂ ਨੂੰ ਵੈਬਰ ਟੀ ਵੀ ਵੱਲੋਂ ਕੈਸ਼ ਪ੍ਰਾਈਜ਼ ਹੈ।
ਔਰ ਆਓ ਬਣੀਏ ਗੁਰਸਿੱਖ ਪਿਆਰਾ ਦੀ ਟੀਮ ਵੱਲੋਂ ਜਿਹੜਾ ਹੈ ਉਹਨਾਂ ਨੂੰ ਸਰਟੀਫਿਕੇਟ ਆਪ ਪ੍ਰਦਾਨ ਕਰੋ ਜੀ। ਉਹਨਾਂ ਨੂੰ ਬੇਨਤੀ ਕਰਾਂਗਾ ਇਸ ਟੀਮ ਨੂੰ ਜਿਹੜੀ ਕਿ ਅੱਗੋਂ ਕੁਆਟਰ ਫਾਈਨਲ ਪ੍ਰਵੇਸ਼ ਕਰ ਰਹੀ ਹੈ, ਉਹਨਾਂ ਨੂੰ ਸਿਮਕੋ ਵੱਲੋਂ ਗਿਫਟ ਹੈਂਪਰ, ਉਹਨਾਂ ਨੂੰ ਫਰੈਬੋ ਵੱਲੋਂ ਗਿਫਟ ਹੈਂਪਰ ਔਰ ਨਾਲ ਹੀ ਵਾਈਬਰ ਵੱਲੋਂ ਕੈਸ਼, ਔਰ ਆਓ ਬਣੀਏ ਗੁਰਸਿੱਖ ਪਿਆਰਾ ਟੀਮ ਦੇ ਵੱਲੋਂ ਉਹਨਾਂ ਨੂੰ ਸਰਟੀਫਿਕੇਟ ਔਰ ਨਾਲ ਹੀ ਡਾਟਾ ਵਿੰਡ ਵੱਲੋਂ ਸਪੈਸ਼ਲ ਪ੍ਰਾਈਜ਼ ਹੈ ਤੁਹਾਡੇ ਵਾਸਤੇ ਮੋਬਾਈਲ ਫੋਨ ਦਾ। ਅੱਜ ਦਾ ਐਪੀਸੋਡ ਅਸੀਂ ਇੱਥੇ ਹੀ ਸਮਾਪਤ ਕਰਕੇ ਦਰਸ਼ਕਾਂ ਕੋਲੋਂ ਇਜਾਜ਼ਤ ਲੈ ਰਹੇ ਹਾਂ, ਇਸ ਉਮੀਦ ਨਾਲ ਕਿ ਅਗਲੇ ਹਫ਼ਤੇ 5th ਪ੍ਰੀਲਿਮਨਰੀ ਰਾਊਂਡ ਆਫ 18th ਸੀਜ਼ਨ ਆਫ ਆਓ ਬਣੀਏ ਗੁਰਸਿੱਖ ਪਿਆਰਾ ਵਿੱਚ ਇਸ ਤਰ੍ਹਾਂ ਹੀ ਜੁੜਨਗੇ। ਗੁਰੂ ਰਾਖਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।